संजीवनी अस्पताल बाल एवं शिशु रोग, जनरल सर्जरी, प्लास्टिक सर्जरी, न्यूरो सर्जरी, नेत्र रोग, फिजियोथेरेपी, स्त्री एवं प्रसूति रोग, हृदय एवं शुगर रोग, हड्डी एवं जोड़ रोग, कार्डियोलॉजी, दंत रोग, इमरजेंसी चिकित्सक सुविधाओं में एक भरोसेमंद नाम है। ICU, NICU, कैथ लैब, एयर ट्रांसप्लांट, प्राइवेट कमरे, यूरोलॉजी, सीटी स्कैन, लैप्रोस्कोपी, एक्सीडेंट, ट्रॉमा, हार्ट अटैक, चले का इलाज, डायलिसिस की सुविधाएं उपलब्ध हैं। सभी मरीजों को खाना फ्री दिया जाता है। आयुष्मान भारत, हरियाणा सरकार और रिटायर्ड फौजी भाइयों के इलाज, इंश्योरेंस और TPA पैनल पर सभी सुविधाएं उपलब्ध। पूछताछ मोबाइल नंबर 7027566691। ਜਿਨ੍ਹਾਂ ਦੇ ਹੱਥ ਚ ਤੁਹਾਡੀ ਦਿੱਤੀ ਹੋਈ ਤਾਕਤ ਆ ਗਈ, ਉਸ ਤਾਕਤ ਦੀ ਦੁਰਵਰਤੋਂ ਕਰਕੇ ਤੁਹਾਡਾ ਭਵਿੱਖ ਕਾਰਪੋਰੇਟ ਹਾਊਸਿਸ ਦੇ ਅੱਗੇ ਗਹਿਣੇ ਪਾ ਰਹੇ ਨੇ। ਦੇਸ਼ ਦਾ ਹਰ ਅਦਾਰਾ ਵੇਚਣ ਲੱਗੇ ਹੋਏ ਨੇ, ਸਾਰੇ ਗੈਰ ਸੰਭਾਵਿਤ ਕੰਮ ਕਰਨ ਲੱਗੇ ਹੋਏ ਨੇ। ਦੇਸ਼ ਦੀ ਲੁੱਟ ਮੱਚੀ ਹੋਈ ਹੈ ਕਾਰਪੋਰੇਟ ਘਰਾਣਿਆਂ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਤੁਸੀਂ ਦੇਸ਼ ਵਾਸੀ ਹੋ, ਅਸਮੀ ਦੇਸ਼ ਭਗਤ ਤੁਸੀਂ ਹੋ, ਤੁਸੀਂ ਦੇਸ਼ ਦੇ ਲਈ ਇੰਨਾ ਪੈਸਾ ਕੀਤਾ ਹੈ। ਅੱਜ ਜਦੋਂ ਗੌਰਮੈਂਟ ਦੇ ਵਿੱਚ ਸਾਰੇ ਸੈਕਟਰ ਰੁਕ ਗਏ, ਤਾਂ ਸਿਰਫ ਖੇਤੀ ਸੈਕਟਰ ਹੈ ਜਿਹਨੇ ਦੇਸ਼ ਨੂੰ ਬਚਾਇਆ ਹੋਇਆ, ਪਰ ਇਹ ਮੁੱਲ ਮੋਦੀ ਸਰਕਾਰ ਪਾ ਰਹੀ ਹੈ। 7 ਮਹੀਨੇ ਤੋਂ ਤੁਸੀਂ ਦਿੱਲੀ ਦੇ ਬਾਰਡਰ ਤੇ ਬੈਠੇ ਮੋਦੀ ਨੂੰ ਆਪਣੇ ਸਾਥੀਆਂ ਨੂੰ ਕੁੰਭ ਦੀ ਨੀਂਦ ਜਗਾਉਣ ਦਾ ਕੰਮ ਕਰ ਰਹੇ ਹੋ। ਮੈਂ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ, ਮੋਦੀ ਸਰਕਾਰ ਨੂੰ ਪੰਜਾਬੀਆਂ ਦੀ ਫਿਤਰਤ ਹੈ, ਇਹ ਨਾ ਤੁਰ ਨਾ ਤੁਰ, ਜਦੋਂ ਇਹ ਤੁਰਦੇ ਮੇਰੇ ਪਿੱਛੇ ਨਹੀਂ ਮੁੜਦੇ, ਇਹ ਸਮਝ ਲਓ ਦੁਨੀਆਂ ਦੀ ਕੋਈ ਤਾਕਤ ਪੰਜਾਬੀਆਂ ਨੂੰ ਆਪਣੇ ਨਹੀਂ ਮੋੜ ਸਕਦੀ। ਅੱਜ ਸਾਰੇ ਦੇਸ਼ ਦਾ ਕਿਸਾਨ ਹਰ ਸੂਬੇ ਦੇ ਵਿੱਚ ਤੁਹਾਡੇ ਨਾਲ ਆਪੋ ਆਪਣੇ ਗਵਰਨਰ ਰਾਹੀਂ ਰਾਸ਼ਟਰਪਤੀ ਨੇ ਵੀ ਰੋਸ ਪੱਤਰ ਦੇ ਰਿਹਾ ਹੈ। ਉਹਦੇ ਵਿੱਚ ਅਸੀਂ ਰਾਸ਼ਟਰਪਤੀ ਜੀ ਨੇ ਬਿਨਾਂ ਕੀਤਾ ਉਹਨੂੰ ਕਿਹਾ ਵੀ ਜਿਵੇਂ ਦੇਸ਼ ਵਿਰੋਧੀ ਲੋਕ ਵਿਰੋਧੀ ਕਾਨੂੰਨ ਪਾਸ ਕਰਾਏ ਗਏ, ਰਾਜ ਸਭਾ ਚ ਸਰਕਾਰ ਕੋਲ ਬਹੁਮਤ ਨਹੀਂ ਸੀ, ਇਹਦੇ ਕਾਨੂੰਨ ਧੱਕਿਆਂ ਵਾਇਸ ਕੋਰਟ ਨਾਲ ਕਾਨੂੰਨ ਪਾਸ ਕਰਾਏ ਗਏ। ਸਾਨੂੰ ਆਸ ਸੀ ਦੇਸ਼ ਦੇ ਸੰਵਿਧਾਨ ਦਾ ਲਿਖਵਾਲਾ ਰਾਸ਼ਟਰਪਤੀ ਉਹ ਇਹਦੇ ਤੇ ਸਹੀ ਨਹੀਂ ਪਾਏਗਾ, ਕਿਉਂਕਿ ਉਹਦੀ ਮੁੱਢਲੀ ਜ਼ਿੰਮੇਵਾਰੀ ਹੈ ਸੰਵਿਧਾਨ ਦੀ ਸੰਭਾਲ, ਰਾਸ਼ਟਰਪਤੀ ਦੀ ਸੰਵਿਧਾਨ ਦੀ ਰਾਖੀ ਕਰਨ ਦੀ ਮੁੱਢਲੀ ਜ਼ਿੰਮੇਵਾਰੀ ਹੈ। ਪਰ ਬਦਕਿਸਮਤੀ ਇਹ ਸਹੀ ਸਮਝੋ, ਇਹ ਦੇਸ਼ ਦਾ ਫਰਜ਼ ਸੀਗਾ, ਰਾਸ਼ਟਰਪਤੀ ਉਹ ਵੀ ਆਪਣੀ ਜ਼ਿੰਮੇਵਾਰੀ ਭਾਜਪਾ ਦੇ ਦਫਾ ਟੁੱਟ ਗਿਆ, ਉਹਨੇ ਵੀ ਚੁੱਪ ਚ ਵੀ ਅੱਜ ਸਰਕਾਰ ਡਰੀ ਹੋਈ ਹੈ। ਭਰਾਵੋ ਤੁਹਾਨੂੰ ਬੜਾ ਸਾਫ਼ ਦੱਸਦੇ ਹਾਂ, ਮੇਜ਼ ਤੇ ਅਸੀਂ ਭਜਾ ਦੇਣਗੇ, ਇਹਨਾਂ ਕੋਲ ਕਹਿਣਗੇ ਕੋਈ ਸਾਡੀ ਗੱਲ ਦਾ ਜਵਾਬ ਦੇਣ ਲਈ ਜਵਾਬ ਨਹੀਂ, ਸਵਾਏ ਸਵੇਰ ਤੋਂ ਸ਼ਾਮ ਤੇ ਝੂਠ ਪ੍ਰਚਾਰਨ ਤੋਂ ਇਹਨਾਂ ਦੇ ਪੱਲੇ ਕੱਖ ਨਹੀਂ। ਮੈਂ ਬੜੀ ਵਾਰੀ ਕਿਹਾ ਭਾਈ ਭਾਜਪਾ ਇਹ ਪਾਰਟੀ ਬਣ ਗਈ ਜਿਹੜੀ ਝੂਠ ਪ੍ਰਚਾਰ ਦੀ ਹੈ, ਜਿਹਦਾ ਫਾਰਮੂਲ ਹੈ ਝੂਠ ਬੋਲੋ ਝੂਠ ਬੋਲੋ ਝੂਠ ਬੋਲੋ, ਇੰਨਾ ਝੂਠ ਬੋਲੋ ਤੱਕ ਸੱਚ ਲੱਗਣ ਲੱਗ ਜਾਏ। ਉਹ ਅੱਜ ਸਾਰੇ ਦੇਸ਼ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਝੂਠ ਬੋਲ ਬੋਲ ਕੇ। ਉਹ ਕਹਿੰਦੇ ਨੇ ਸਾਨੂੰ ਦੱਸ ਨਹੀਂ ਸਕੇ ਕਾਲਾ ਕਾਲਾ ਕੀ ਹੈ, ਅਸਲੀ ਕਿਦਾਂ ਕਾਲਾ ਕੱਢ ਕੇ ਰੱਖਦਾ ਨੇ ਬਾਹਰ ਨੀਤੀਆਂ ਵਿੱਚ। ਔਰ ਉਦੋਂ ਇਹ ਕਹਿੰਦੇ ਸੀ ਚੰਗਾ ਇਹ ਸੋਧ ਕਰ ਦਿੰਦੇ ਹਾਂ, ਇੰਨੀਆਂ ਸੋਧਾਂ ਕਰਨ ਨੂੰ ਤਿਆਰ ਹੋ ਗਏ ਕਿ ਕਿਸੇ ਨੂੰ ਕਿਸੇ ਕੱਟ ਕੇ ਨਹੀਂ, ਪਰ ਇਹ ਕਾਨੂੰਨ ਕੇਂਦਰ ਸਰਕਾਰ ਦਾ ਬਣਾਉਣ ਦਾ ਅਧਿਕਾਰ ਨਹੀਂ, ਇਹ ਸੂਬਿਆਂ ਦੀ ਲਿਸਟ ਵਿੱਚ ਆਉਣਾ ਹੈ, ਸੂਬਿਆਂ ਦੇ ਅਧਿਕਾਰ ਖੇਤਰ ਚ ਆਉਣਾ, ਖੇਤੀ ਖੇਤਰ ਔਰ ਅਸਲੀਅਤ ਇਹ ਹੈ ਕਿ ਉਹ ਖੇਤੀ ਨੂੰ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨ ਜਾ ਰਹੇ ਨੇ। ਇਹ ਵਿਚਾਰਾ ਮੈਂ ਸਮਝਦਾ ਤੁਸੀਂ ਮੋਹਰੀ ਹੋ ਪੰਜਾਬੀ, ਜਿਨ੍ਹਾਂ ਨੇ ਇਸ ਅੰਦੋਲਨ ਦੀ ਨੀਂਹ ਰੱਖੀ, ਤੁਸੀਂ ਮੋਹਰੀ ਹੋ ਪੰਜਾਬੀ ਜਿਨ੍ਹਾਂ ਨੇ
ਸਾਰੀ ਦੁਨੀਆ ਨੂੰ ਬਚਾਇਆ ਔਰ ਪਹਿਲੀ ਵਾਰ ਹੋ ਰਿਹਾ ਵੀ ਕਾਰਪੋਰੇਟ ਦੇ ਖਿਲਾਫ ਕਿਸੇ ਨੇ ਮਸਲਾ ਲਾਇਆ। ਇਹ ਮੋਰਚਾ ਮੋਦੀ ਦੇ ਖਿਲਾਫ ਨਹੀਂ, ਇਹ ਮੋਰਚਾ ਕਾਰਪੋਰੇਟ ਵਰਸਿਸ ਆਮ ਲੋਕ ਹੈ। ਔਰ ਤੁਸੀਂ ਹੈਰਾਨ ਹੋਵੋਗੇ, ਇੱਕ ਦੌਰ ਲਈ ਕਾਰਪੋਰੇਟ ਵਰਸਿਸ ਸਾਰੀ ਦੁਨੀਆ ਚ 2020 ਤੱਕ 18 ਕਰੋੜ ਏਕੜ ਜ਼ਮੀਨ ਸਾਰੀ ਦੁਨੀਆ ਚ ਕਾਰਪੋਰੇਟ ਵਰਸਿਸ ਦੇ ਖਰੀਦ ਲਈ ਉਦੋਂ ਸ਼ੁਰੂਆਤ ਹੋਈ। ਹੁਣ ਅੱਖ ਤੁਹਾਡੀ ਜ਼ਮੀਨ ਤੇ ਹੈ, ਅੱਖ ਤੁਹਾਡੇ ਬੱਚਿਆਂ ਦੇ ਭਵਿੱਖ ਤੇ ਹੈ। ਅਸੀਂ ਸਰਕਾਰ ਨੂੰ ਕਿਹਾ ਵੀ ਜਿਹੜੇ ਇੰਨੀ ਵੱਡੀ ਗਿਣਤੀ ਵਿੱਚ ਲੋਕ ਖੇਤੀ ਕਰਦੇ ਨੇ, ਇਹਨਾਂ ਦਾ ਰੋਜ਼ੀ ਰੋਟੀ ਸਿਰਫ ਖੇਤੀ ਤੋਂ ਹੈ। ਜਦੋਂ ਬੱਚੇ ਪਾਲਦੇ ਨੇ ਉਹ ਅਨਪੜ੍ਹ ਨੇ, ਅਨਪੜ੍ਹ ਨੇ, ਉਹਨਾਂ ਕੋਲ ਪੈਸਾ ਨਹੀਂ ਵੀ ਉਹ ਹੋਰ ਬਿਜ਼ਨਸ ਕਰ ਸਕਣ, ਉਹਨਾਂ ਕੋਲ ਉਹ ਕੀ ਕਰਨਗੇ ਜੇ ਸਾਰਿਆਂ ਨੂੰ ਖੇਤੀ ਚੋਂ ਕੱਢ ਦਿੱਤਾ ਤਾਂ ਭੁੱਖੇ ਮੇਰੇ ਤੋਂ ਸਵਾਹ ਹੋਰ ਕੁਝ ਹੋਣਾ ਨਹੀਂ। ਅਨਾਜ ਪੈਦਾ ਕਰਕੇ ਕਾਰਪੋਰੇਟ ਹਾਊਸਿਸ ਆਪਣੇ ਗੋਦਾਮਾਂ ਚ ਜਮ੍ਹਾਂ ਕਰਿਆ ਕਰਕੇ, ਸਪੈਸ਼ਲ ਕਮੋਡਿਟੀ ਐਕਟ ਵਿੱਚ ਸੋਧ ਕਰਕੇ ਸਾਰੀਆਂ ਛੋਟਾ ਕਾਰਪੋਰੇਟ ਹਾਊਸਿਸ ਨੂੰ ਦੇ ਦਿੱਤੀਆਂ। ਆਮ ਆਦਮੀ ਪਿੱਛੋਂ ਖਾਏਗਾ, ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ, ਇਹ ਲੜਾਈ ਸਾਰੇ ਦੇਸ਼ ਵਾਸੀਆਂ ਦੀ ਹੈ, ਬੱਚੇ ਬੱਚੇ ਦੀ ਲੜਾਈ ਹੈ। ਕਾਰਪੋਰੇਟ ਹਾਊਸਿਸ ਦੇ ਸਾਰੇ ਲੋਕ ਹੋਣਗੇ ਜੇ ਦੁਕਾਨਦਾਰ ਅੱਜ ਤੋਂ ਦੇਖੇ ਗਏ ਹੋਣ, ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ। ਇਸ ਲਈ ਇਹ ਬਹੁਤ ਵੱਡੀ ਲੜਾਈ ਹੈ। ਤੁਹਾਨੂੰ ਸਾਰਿਆਂ ਨੂੰ ਬੇਰ ਇੱਕ ਵਾਰੀ ਅਪੀਲ ਕਰਦਾ, ਜਿੱਥੇ ਤੱਕ ਮੇਰੀ ਆਵਾਜ਼ ਆਉਂਦੀ ਹੈ, ਬਹੁਤ ਸਾਰੇ ਲੋਕ ਅੱਗੇ ਆ ਰਹੇ ਨੇ, ਆਪਣੇ ਸਾਰੇ ਸਾਥੀ ਸਮਝਾ ਦਿਓ ਸਰਕਾਰ ਨੇ ਤੁਹਾਡੇ ਵਿੱਚ ਦਖਲ ਕਰਨ ਲਈ ਆਪਣੇ ਬੰਦੇ ਪ੍ਰਦਾਨ ਕਰਦੇ ਹੋਏ ਮੇਰੀ ਅਪੀਲ ਨੂੰ ਕਬੂਲ ਕਰਿਓ, ਖਿਆਲ ਰੱਖਿਓ ਸ਼ਾਂਤ, ਖਿਆਲ ਰੱਖਿਓ ਜਨਤਾ ਆ ਰਹੀ ਹੈ, ਤੁਹਾਡੀ ਹਾਲਤ ਲੱਗ ਚੁੱਕੀ ਹੈ।